ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਐਨ ਅਪਡੇਟ ਫਰਮ ਓਪਸ ਟੀਵੀ ਇੱਕ ਜਦੋਂ ਉਸ ਸੁਫਨਾ ਦਾ ਪਹਿਲਾ ਪੋਸਟਰ ਆਇਆ ਸੀਗਾ ਸੁਫਨਾ ਤੇ ਉੱਤੇ ਸਿਰਫ ਦੋ ਕਪਾਹ ਦੇ ਫੁੱਲ ਸੀਗੇ ਪੋਸਟਰ ਦੇ ਉੱਪਰ ਹਨਾ ਸਾਰਨ ਸੀਗਾ ਵੀ ਕਪਾਹ ਦੇ ਫੁੱਲ ਦਾ ਕੀ ਰੋਲ ਹੋਊਗਾ ਹੁਣ ਹਨਾ ਫਿਲਮ ਦੇ ਵਿੱਚ ਕੀ ਇੰਪੋਰਟੈਂਸ ਹੋਊਗੀ ਤੁਸੀਂ ਵੀ ਸਵਾਲ ਕੀਤਾ ਸੀ ਜੇ ਤੁਸੀਂ ਕਲੀਅਰ ਸੀਗੇ ਕਿ ਇਹ ਫਿਲਮ ਕਿੱਦਾਂ ਦੀ ਹੋਣ ਵਾਲੀ ਆ ਤੇ ਨਰਮੇ ਦੀ ਫਸਲ ਹੈ ਇਸ ਫਿਲਮ ਦੇ ਵਿੱਚ ਮਾਈਟ ਬੀ ਇਹਨੇ ਸੁਣੀ ਹੋਵੇ ਇਨੂੰ ਰੀਜ ਹੁੰਦੀ ਆ ਮਤਲਬ ਇੱਕ ਤਾਂ ਫਿਲਮ ਸੀਗੀ ਲੀਡ ਤੇ ਆਉਣਾ ਸੀ ਤੇ ਇੰਨੇ ਹਰ ਸੀਨ ਦੇ ਵਿੱਚ ਰਿਟੇਟਿੰਗ ਨਾ ਕਰਨਾ ਪੁੱਛ ਪੁੱਛ ਕੇ ਪੁੱਛ ਮੈਂ ਤੂੰ ਕਰ ਲੈ ਯਾਰ ਕਿਉਂ ਤੂੰ ਕਰੀਏ ਨੇ ਨਾ ਕਿਉਂਕਿ ਮੈਨੂੰ ਹੁੰਦਾ ਵੀ ਦਵਾ ਦਰ ਜਿਹੜੀ ਚੀਜ਼ ਆਈਏ ਕਰੇ ਇੰਨੇ ਨਿੰਨੋ ਲੈਣੀ ਹਰ ਚੀਜ਼ ਚ ਵੀ ਮੈਨੂੰ ਵੇਖਣਾ ਬਿਕਾਜ਼ ਉਹਨੂੰ ਪਰਫਾਰਮ ਕਰਨਾ ਸੀਗਾ ਤੇ ਇਹਦੇ ਲਈ ਮਤਲਬ ਅੱਡ ਸੀਗਾ ਕੁਝ ਕਰਨ ਨੂੰ ਮੇਰੇ ਲਈ ਨਾਰਮਲ ਜਿਹਾ ਸੀਗਾ ਇਹਨੂੰ ਇੱਕ ਤਾਂ ਮਤਲਬ ਇਹਦੇ ਜਿਵੇਂ ਦੀ ਨਾਰਮਲ ਆ ਉਹਦੇ ਨਾਲੋਂ ਵੱਡ ਸੀਗੀ ਚੀਜ਼ ਕਰਨ ਨੂੰ ਰਾਈਟ ਤੇ ਅਮੀਰ ਘਰ ਦੀ ਕੁੜੀ ਆ ਗਰੀਬ ਬਣੀ ਸੀ ਆ ਸ਼ੁਰੂ ਤੇ ਜੈਨੇ ਗਰੀਬ ਮੈਨੂੰ ਪਹਿਲਾਂ ਤਾਂ ਦਿਮਾਗੋਂ ਗਰੀਬ ਪਿੰਡਾਂ ਵਾਲੇ ਤੇ ਤਾਂ ਸਾਡੇ ਲਈ ਤਾਂ ਕੋਈ ਮੇਰੇ ਲਈ ਤਾਂ ਕੋਈ ਐਕਸਟਰਾ ਸੀਗਾ ਨਹੀਂ ਕਰਨ ਫਿਲਮ ਦੇ ਵਿੱਚ ਨਾ ਨਾਰਮਲ ਕੈਰੈਕਟਰ ਸੀਗਾ ਤੇ ਇਹਨੇ ਪੁੱਛਣਾ ਵੀ ਮੈਨੂੰ ਆਹ ਦੱਸਵਾ ਆਹ ਦੱਸਵਾ ਮੈਨੂੰ ਖੇਚੜ ਨਹੀਂ ਮਗਰ ਤੂੰ ਕਰਦੀ ਕਿਉਂ ਨਹੀਂ ਗਈ ਤੂੰ ਵੱਡੀ ਤੂੰ ਮੈਂ ਕਹਾ ਵੱਡੀ ਵੀ ਮਮਾ ਲੈਣੀ ਮੈਂ ਕਹਾ ਦਵਾ ਦਵਾ ਕਰਕੇ ਪਰਾਂ ਕਰ ਤੇ ਕੀ ਆ ਮੈਂ ਕੱਢਾ ਕਿ ਸੀਨਾ ਕਿਤੇ ਤੇ ਫੇਰ ਇਹਦੇ ਲਈ ਮਤਲਬ ਇਹਨੇ ਪੁੱਛਣਾ ਤੇ ਮਤਲਬ ਬਾਕੀ ਨਾਰਮਲ ਐਸ ਇਟ ਇਜ਼ ਡਾਇਲੋਗ ਡੋ ਲੋਗ ਇਹ ਵੀ ਨਹੀਂ ਭੁੱਲਦੀ ਛੇਤੀ ਕਰੇ ਕਿਉਂਕਿ ਇਹਨੂੰ ਵੀ ਪਹਿਲਾਂ ਮਿਲ ਜਾਂਦੇ ਨੇ ਤੇ ਮੈਨੂੰ ਤਾਂ ਮਹਾਰਾ ਦੀ ਕਿਰਪਾ ਨਾਲ ਇੱਕ ਕਰੀ ਮੈਂ ਮਾਰਦਾ ਸਕੈਨ ਹੋ ਜਾਂ